ਫਿਰੋਜ਼ਪੁਰ ਦੇ ਹਲਕਾ ਜੀਰਾ ਦੇ ਰਹਿਣ ਵਾਲੇ ਦੁਕਾਨਦਾਰ ਰਾਜਕੁਮਾਰ ਨੂੰ ਗੈਂਗਸਟਰ ਵੱਲੋਂ ਧਮਕੀਆਂ ਆ ਰਹੀਆਂ ਸਨ। ਕੁਝ ਨੌਜਵਾਨ 15 ਲੱਖ ਰੁਪਏ ਦੀ ਫਰੌਤੀ ਦੀ ਮੰਗ ਦੁਕਾਨਦਾਰ ਤੋਂ ਕਰ ਰਹੇ ਸਨ, ਲੇਕਿਨ ਦੁਕਾਨਦਾਰ ਰਾਜਕੁਮਾਰ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਮੋਟਰਸਾਈਕਲ ਸਵਾਰ 2 ਨਕਾਬਪੋਸ਼ ਵਿਅਕਤੀਆਂ ਨੇ ਆ ਕੇ ਰਾਜਕੁਮਾਰ 'ਤੇ ਫਾਇਰਿੰਗ ਕਰ ਦਿੱਤੀ। ਇਹ ਸਾਰੀ ਵਾਰਦਾਤ CCTV ਕੈਮਰੇ ਵਿੱਚ ਕੈਦ ਹੋ ਗਈ। ਪੁਲਿਸ ਨੇ ਮਾਮਲਾ ਦਰਜ ਕਰ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜੀਰਾ ਦੇ DSP ਗੁਰਦੀਪ ਸਿੰਘ ਨੇ ਕਿਹਾ ਕਿ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਮੈਂ ਰਾਜਕੁਮਾਰ ਪੁੱਤਰ ਵੇਦ ਪ੍ਰਕਾਸ਼, ਮਸਤੀ ਮਾਛੀਆਂ ਜੀਰਾ, ਜੋ ਕਿ ਮੈਨੂੰ ਸੋਮਵਾਰ ਤੋਂ ਫੋਨ ਆ ਰਹੇ ਸੀਗੇ, ਮੈਨੂੰ ਆਇਆ, ਮੇਰੇ ਬੇਟੇ ਨੂੰ ਆਇਆ, ਮੇਰੇ ਭਤੀਜੇ ਨੂੰ ਆਇਆ, ਅਤੇ 15 ਲੱਖ ਦੀ ਡਿਮਾਂਡ ਕੀਤੀ ਉਹਨਾਂ ਨੇ। ਉਸ ਤੋਂ ਬਾਅਦ ਉਹ ਅਗਲਾ 2 ਦਿਨ ਵਿੱਚ ਪਏ। ਵੀਰਵਾਰ ਦੀ ਸ਼ਾਮ ਨੂੰ ਫਿਰ ਉਹ 7:30 ਵਜੇ ਆਏ ਆ, ਗੇੜਾ ਮਾਰ ਕੇ ਗਏ ਆ। 9 ਵਜੇ ਮੇਰੀ ਦੁਕਾਨ 'ਤੇ ਆਉਂਦੇ ਆ ਅਤੇ ਫਿਰ ਉਹ ਕੋਲ ਮੈਨੂੰ ਫੈਰ ਮਾਰਿਆ ਸਿੱਧਾ ਉਹਨਾਂ ਨੇ, ਅਤੇ ਫੈਰ ਮਾਰ ਕੇ ਭੱਜ ਗਏ। ਜ਼ਿਲ੍ਹੇ ਸ਼ਹਿਰ ਦੇ ਵਿੱਚ 6 ਮਹੀਨੇ ਪਹਿਲਾਂ ਫਰੋਤੀਆਂ ਦਾ ਬਹੁਤ ਸਿਲਸਿਲਾ ਜਾਰੀ ਸੀਗਾ। ਹੁਣ 2-3 ਮਹੀਨੇ ਤੋਂ ਕਾਫੀ ਸੁਧਾਰ ਹੋਇਆ ਸੀਗਾ, ਸੁੱਖ ਸ਼ਾਂਤੀ ਸੀ, ਪਰ ਹੁਣ 10-15 ਦਿਨ ਤੋਂ ਫਿਰ ਉਹੀ ਵਿਸ਼ੇ ਵਾਲਾ ਵਿਸ਼ਾ ਚਾਲੂ ਹੋ ਗਿਆ। ਇਸ ਕਰਕੇ ਪੁਲਿਸ ਪ੍ਰਸ਼ਾਸਨ ਨੂੰ ਮੰਗ ਕੀਤੀ ਜਾਂਦੀ ਆ ਤਾਂ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ। ਜੇ ਕਾਰਵਾਈ ਨਾ ਕੀਤੀ ਜਾਵੇ ਗਈ ਤਾਂ ਅਸੀਂ ਸਾਰਾ ਸ਼ਹਿਰ ਬੰਦ ਕਰਾਂਗੇ, ਵਪਾਰ ਮੰਡਲ ਬੰਦ ਕਰਾਂਗੇ। ਮੈਂ ਜਸਵਿੰਦਰ ਸਿੰਘ ਭਾਟੀਆ, ਪ੍ਰਧਾਨ ਵਾਈਸ ਪ੍ਰਧਾਨ ਕਰਿਆਨਾ ਯੂਨੀਅਨ ਪੰਜਾਬ, ਮੈਂ ਮੰਗ ਕਰਦਾ, ਹੋ ਸਕਦਾ ਵੀ ਸਾਨੂੰ ਪੰਜਾਬ ਲੈਵਲ 'ਤੇ ਵੀ ਜਾਣਾ ਪਵੇ। ਜੇ ਅਸੀਂ ਪੰਜਾਬ ਲੈਵਲ 'ਤੇ ਗਏ ਤਾਂ ਇਸ ਕਰਕੇ ਮੁੜ ਕੇ ਇਹਨਾਂ ਦਾ ਹੋਊਗਾ, ਕਿਰਪਾ ਕਰਕੇ ਕੀਤਾ ਜਾਵੇ ਇਹਨਾਂ ਦਾ ਜੋ ਵੀ ਹੱਲ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ UK January 2024 ਤੋਂ ਡਿਪੈਂਡੈਂਟ ਵੀਜ਼ਾ ਬੰਦ ਕਰਨ ਵਾਲਾ ਹੈ, ਪਰ ਹਜੇ ਵੀ ਤੁਹਾਡੇ ਕੋਲ ਆਖਰੀ ਅਤੇ ਸੁਨਹਿਰਾ ਮੌਕਾ ਹੈ, ਕਿਉਂਕਿ ਗਗਨ ਵੀਜ਼ਾ ਪੁਆਇੰਟ ਬੰਗਾ ਤੁਹਾਡੇ ਲਈ ਲੈ ਕੇ ਆਇਆ ਜੀ ਸਪਟੰਬਰ ਅਤੇ ਅਕਤੂਬਰ ਇਨਟੇਕ, ਅਤੇ ਤੁਸੀਂ ਸਿਰਫ 1 ਦਿਨ ਵਿੱਚ ਪਾਓ ਆਫਰ ਲੈਟਰ ਅਤੇ 10 ਦਿਨਾਂ ਦੇ ਵਿੱਚ ਕਾਲਸ ਲੈਟਰ। ਜੇਕਰ ਹਜੇ ਵੀ ਤੁਸੀਂ ਆਪਣੇ ਸਪਾਊਸ ਦੇ ਨਾਲ UK ਦੀਆਂ ਉਡਾਰੀਆਂ ਭਰਨਾ ਚਾਹੁੰਦੇ ਹੋ ਤੇ ਅੱਜ ਕਾਲ ਕਰੋ ਥੱਲੇ ਦਿੱਤੇ ਗਏ ਨੰਬਰ ਤੇ, ਜਾਂ ਤੁਸੀਂ ਵਿਜ਼ਿਟ ਕਰ ਸਕਦੇ ਹੋ ਗਗਨ ਵੀਜ਼ਾ ਪੁਆਇੰਟ ਬੰਗਾ। ਸਤਿ ਸ਼੍ਰੀ ਅਕਾਲ।